ਕਰ ਗਿਆ ਕੀ ਪੱਕਿਆ ਡਰ ਗਿਆ ਇੱਕ ਮਿੰਟ ਜਲਦੀ ਜਾਓ ਹਾਲੇ ਤੇ ਸਰਦਾਰ ਜੀ ਮੈਂ ਕਿਚਨ ਚ ਗਿਆ ਸੀ ਜਾ ਕੇ ਚੈੱਕ ਕਰ ਅੱਛਾ ਖਾਣਾ ਵਿੱਚ ਚੈੱਕ ਕਰ ਕੀ ਪੱਕਿਆ ਠੀਕ ਹੈ ਠੀਕ ਹੈ ਤੇ ਨਾਲ ਚਾਹ ਵੀ ਲੈ ਕੇ ਆਉਂਦਾ ਤੇ ਅਸੀਂ ਜਾਂਦਾ ਨਾ ਜਲਦੀ ਆ ਜਲਦੀ ਆ ਜਲਦੀ ਸਰਦਾਰ ਜੀ ਕਿਚਨ ਦੇ ਵਿੱਚ ਉਹਨਾਂ ਨੇ ਪੁਲਿਸ ਬਿਠਾਈ ਇੱਧਰ ਆ ਜਾ ਇੱਥੇ ਮੈਂ ਸਕੂਲ ਆ ਤੂੰ ਕੀ ਸਮਝਿਆ ਕੱਲਾ ਹੀ ਕੱਲੇ ਕੱਲੇ ਭਰਾ ਇਹ ਤਾਂ ਲੱਗਦਾ ਕਮਾਦਾਂ ਚ ਬੋਲਣ ਦਾ ਰੋਟੀ ਖਾਣ ਦਾ ਹੁਣ ਜਿਹੜਾ ਮਜ਼ਾ ਆਉਣਾ ਇਹ ਮੈਂ ਜਾਣਦਾ ਜਾਂ ਬਲਬ ਬੋਲ ਲਓ ਵੱਡਾ ਮਜ਼ਾ ਆ ਪਾਣੀ ਤਾਂ ਮੈਂ ਲੈ ਕੇ ਨਹੀਂ ਆ ਪਾਣੀ ਲਿਆ ਫਿਰ ਰੋਟੀ ਦਾ ਮਜ਼ਾ ਆਏਗਾ ਹੈ ਵਾਜੀ ਬਾ ਹੁਣ ਰੋਟੀ ਦਾ ਮਜ਼ਾ ਆਉਣਾ ਵਾਜੀ ਬਾ ਪਾਣੀ ਤੋਂ ਬਗੈਰ ਵੀ ਰੋਟੀ ਦਾ ਮਜ਼ਾ ਨਹੀਂ ਆਉਂਦਾ ਹੈ ਜੀ ਰੋਟੀ ਇਹ ਕੌਣ ਖਾ ਗਿਆ ਸਿਰਫ ਵਰਦੀਆਂ ਪਾ ਕੇ ਫਿਰੀ ਜਾਂਦੇ ਉਹ ਕੌਣ ਖਾ ਗਿਆ ਰੋਟੀ ਆ ਬੜੇ ਹਮਾਇਤੀ ਹੋਏ ਨੇ ਇਹ ਮੇਰਾ ਪਿਓ ਤੇ ਉਹ ਵੀ ਆਇਆ ਪਿਓ ਦੀ ਗੱਲ ਹੋਈ ਮੂੰਹ ਤੇ ਤੇਰਾ ਸਾਲਿਆਂ ਵਾਲਾ ਬਰਤਨ ਕਿਚਨ ਚ ਵੀ ਦੇਈ ਗਏ ਰੋਟੀ ਆ ਪਈ ਮੂੰਹ ਬੋਲਣ ਵੀ ਨਹੀਂ ਦਈ ਯਾਰ ਉਹ ਬੰਦਾ ਕਹਿ ਦਿੰਦਾ ਮੈਂ ਇੱਧਰ ਪਈ ਚੱਲ ਰੋਟੀ ਖਾ ਤੈਨੂੰ ਵੀ ਲੱਗਿਆ ਬਹੁਤ ਅੱਛੇ ਇਹ ਰੋਟੀ ਕੌਣ ਖਾ ਗਿਆ ਲਓ ਮੈਨੂੰ ਲੱਗਦਾ ਵੀ ਰੋਟੀ ਮੈਂ ਆਪ ਖਾ ਬੈਠਾ ਅਸਲ ਚ ਗੈਰਤ ਮੰਦੀ ਨੇ ਵੀ ਮੇਰੀਆਂ ਹੋਸ਼ਾਂ ਹੁੰਦਾਈਆਂ ਰੋਟੀ ਮੈਂ ਖਾ ਬੈਠਾ ਮੈਂ ਸਿਰਫ ਪਾਣੀ ਪੀਣਾ ਪਾਣੀ ਵੀ ਨਹੀਂ ਹੋ ਮੇਰੇ ਉੱਪਰ ਆਓ ਉਹ ਕਿੱਥੇ ਨਹੀਂ ਯਾਰ ਬਣਾ ਲਾ ਮਰੇ ਪਾਣੀ ਕਿੱਧਰ ਗਿਆ ਯਾਰ ਭਰਾਵੋ ਜਾਂ ਤਾਂ ਫਿਰ ਅਗਲੇ ਦੀ ਵੀ ਸੁਣੋ ਤੇ ਜਾਂ ਆਪ ਲੈ ਲਾ ਚੋਖੇ ਪਾਣੀ ਚਲਾਉਣਾ ਪਾਓ ਰੋਟੀ ਵੀ ਖਾ ਬੈਠਾ ਮੈਂ ਪਾਣੀ ਵੀ ਪੀ ਬੈਠਾ ਹੈ ਉਹ ਮੈਂ ਤੇ ਰੱਜ ਗਏ ਚਾਹ ਲੈ ਗਿਆ ਪਿਆਉਂਦਾ ਚਾਹ ਪਿਆਉਂਦਾ ਉਹ ਭਾਵੇਂ ਕੋਈ ਐਸੀ ਗੱਲ ਨੀ ਯਾਰ ਤੱਕ ਮੈਂ ਰੋਟੀ ਵੀ ਖਾ ਬੈਠਾ ਮੈਂ ਰੱਜ ਗਿਆ ਹੈ ਮੈਂ ਰੱਜ ਗਿਆ ਜਵਾਨ ਚਾਹ ਨਹੀਂ ਸੀ ਪਿਆਉਣੀ ਕਿਸੇ ਲਿਆਉਂਦਾ ਹਾਜੀ ਯਕੂਬ ਸਾਹਿਬ ਫੇਰ ਲਿਆਉਂਦਾ ਯਾਰ ਬੰਦਾ ਰੱਜਿਆ ਉਹਨਾਂ ਦਾ ਢਿੱਡ ਵੀ ਗੱਲਾਂ ਕਰ ਲਾ ਚੱਲ ਮੈਂ ਤੈਨੂੰ ਇਹੋ ਜਿਹੀ ਅੱਜ ਦੁੱਧ ਪੱਤੀ ਪਿਆਉਣੀ ਨਾ ਕਿ ਤੈਨੂੰ ਯਾਦ ਰਹਿ ਗਈ ਚੱਲ ਲੈ ਕੇ ਮੇਰਾ ਸਿਰ ਚ ਤਾਂ ਪੀੜ ਹੀ ਬਹੁਤ ਹੈ ਮੇਰਾ ਘਰੇ ਕਿਚਨ ਚ ਗੋਲੀ ਕੋਈ ਪਈ ਹੋਣੀ ਹੈ ਦਰਦਾਰੀ ਮੈਂ ਜਾ ਕੇ ਉੱਥੇ ਲਵਾਂ ਗੋਲੀ ਮੈਂ ਬੜੀ ਮਿਹਰਬਾਨੀ ਤੁਹਾਡੀ ਤੂੰ ਬੋਲੇ ਡਾਕੂ ਤੂੰ ਕਿੰਨੀ ਦੇ ਦਿੱਤੇ ਸੀ ਡਾਕੂ ਡੱਡੂ ਨਹੀਂ ਡਾਕੂ ਇੱਥੇ ਕੀ ਕਰਨਾ ਹੈ ਇੱਥੇ ਸਫੈਦੀਆਂ ਕਰਨਾ ਹੈ ਔਰ ਕੀ ਮੰਗਣਾ ਮੈਂ ਰੱਬ ਕੋਲੋਂ।
800 ਕੱਢ ਕੇ ਲੈ ਗਏ।